ਤੇ ਮੇਰੇ ਨਾਲ ਲਾਈਨ ਦੇ ਉੱਤੇ ਨੇ ਇਸ ਵੇਲੇ ਕਮਲਜੀਤ ਸਿੰਘ ਚੌਹਾਨ। ਚੌਹਾਨ ਸਾਹਿਬ ਸਵਾਗਤ ਕਰਦੇ ਤੁਹਾਡਾ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਿੰਘ ਜੀ, ਤੁਹਾਨੂੰ ਤੁਹਾਡੇ ਸੁਣ ਤੇ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਸੀਂ RESP ਦੀ ਗੱਲ ਕਰ ਹੀ ਰਹੇ ਹੋ, ਵੈਸੇ ਤੇ ਕਾਫੀ ਸਾਰੀ ਜਾਣਕਾਰੀ ਦੇ ਦਿੱਤੀ ਹੈ। ਮੇਰੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ RESP ਬਾਅਦ ਚ ਕਨਕਲੂਡ ਕਰ ਹੀ ਦੇਣਾ ਲਾਸਟ ਜਾਂਦੇ ਜਾਂਦੇ, ਪਰ ਇਹ ਜਿਹੜਾ $60,000 ਦਾ ਲੋਕਾਂ ਨੇ ਲੋਨ ਲਿਆ ਹੈ, ਮੋਸਟਲੀ ਲੋਕਾਂ ਨੇ ਪਹਿਲਾਂ 40,000 ਦਿੱਤਾ ਸਰਕਾਰ ਨੇ, ਫਿਰ 20,000 ਉਸਨੂੰ ਵਧਾਇਆ ਅਤੇ ਸ਼ਰਤ ਵੀ ਰੱਖ ਦਿੱਤੀ ਗਈ ਕਿ 40,000 ਚੋਂ 10,000 ਅਤੇ 20,000 ਚੋਂ 10,000 ਜੇ ਤੁਸੀਂ ਮੋੜ ਦਿੰਦੇ ਹੋ ਤਾਂ ਫਿਰ ਤੁਹਾਨੂੰ 40,000 ਵਾਪਸ ਕਰਨ ਦੀ ਲੋੜ ਹੈ, ਨਾ ਕਿ 60,000। ਇਹਦੀ ਜਿਹੜੀ ਲਿਮਿਟ ਵਧਾਉਂਦੇ ਗਏ, ਪਰ ਹੁਣ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਲਿਮਿਟ ਵਧਾਉਣ ਵਾਲੀ ਹੈ। ਹਾਲਾਂਕਿ ਬੜੇ ਲੋਕ ਅਜੇ ਕਹਿ ਰਹੇ ਹੈ ਕਿ ਬਿਜ਼ਨਸ ਬੜੇ ਸਟਰਗਲ 'ਚ ਨੇ, ਲੋਕ ਬਹੁਤ ਹੀ ਮੁਸ਼ਕਿਲ ਤੋਂ ਗੁਜ਼ਰ ਰਹੇ ਆ ਬਿਜ਼ਨਸ, ਖਾਸ ਤੌਰ 'ਤੇ ਸਮਾਲ ਬਿਜ਼ਨਸ ਵਾਲੇ। ਇਹਨੂੰ 1 ਸਾਲ ਲਈ ਹੋਰ ਵਧਾਓ, ਪਰ ਮੈਨੂੰ ਲੱਗਦਾ ਨਹੀਂ ਸਰਕਾਰ ਵਧਾਉਣ ਜਾ ਰਹੀ ਹੈ। ਪਰ ਤੁਹਾਡੇ ਕੋਲ ਕੁਛ ਆਪਸ਼ਨਸ ਮੌਜੂਦ ਨੇ ਅਤੇ ਲਓ ਜਾਣਕਾਰੀ ਦੇਈਏ ਕੀ ਕਹਿ ਰਹੇ ਨੇ ਕਮਲਜੀਤ ਸਿੰਘ ਚੌਹਾਨ ਜੀ। ਚੌਹਾਨ ਸਾਹਿਬ ਹਾਂਜੀ, ਬਿਲਕੁਲ ਤੁਸੀਂ ਠੀਕ ਕਿਹਾ ਹੈਗਾ। ਜਿਹੜਾ ਸੀਬਾ ਲੋਨ ਦਾ ਨਾਂ ਰੱਖਿਆ ਸੀਗਾ, ਆਪਣਾ ਸੀਬਾ ਲੋਨ ਜਿਹੜਾ ਇਸ਼ੂ ਕੀਤਾ ਗਿਆ ਸੀਗਾ ਉਦੋਂ, ਕੈਨੇਡਾ ਐਮਰਜੈਂਸੀ ਬਿਜ਼ਨਸ ਅਕਾਊਂਟ ਇਹਦਾ ਫੁੱਲ ਫਾਰਮ ਸੀਗੀ। ਬਿਲਕੁਲ ਠੀਕ ਕਿਹਾ, 40,000 ਪਹਿਲਾਂ ਕੀਤਾ ਸੀਗਾ ਤੇ ਫਿਰ ਉਹਨਾਂ ਨੇ 20,000 ਹੋਰ ਦਿੱਤਾ, ਉਹ ਚ ਕਿਹਾ ਤੁਸੀਂ 10,000 ਰੱਖ ਸਕਦੇ ਹੋ ਤਾਂ ਰੱਖ ਵੀ ਸਕਦੇ ਸੀ, ਕਿਉਂਕਿ ਜਿਹਨਾਂ ਦੇ ਉਹਦਾ ਰੂਲ ਹੈਗੇ ਸੀ ਸਭ ਨੂੰ ਪਤਾ ਲੋਕਾਂ ਨੂੰ, ਜਿਹਨਾਂ ਦੀ ਥੋੜੀ 20,000 ਤੋਂ ਉੱਪਰ ਸੈਲਰੀ ਹੋਣੀ ਚਾਹੀਦੀ ਹੈ, 24,000 ਤੋਂ ਉੱਪਰ ਪੇਰੋਲ ਹੋਣੀ ਚਾਹੀਦੀ ਹੈ, ਆਰਮ ਲੈਂਥ ਦੀ ਨੋਟ ਆਰਮ ਦੀ, ਕਿਉਂਕਿ ਹੁਣ ਇਸ ਕਰਕੇ ਮੈਂ ਨੋਟ ਗੱਲ ਕਹੀ ਹੈ ਆਰਮ ਲੈਂਥ ਦੀ, ਕਿ ਹੁਣ ਮੇਰੇ ਕੁਛ ਕਲਾਇੰਟ ਹੈ ਉਹਨਾਂ ਨੂੰ ਚਿੱਠੀਆਂ ਆਈਆਂ ਨੇ ਜਿਨ੍ਹਾਂ ਨੇ ਵਿਦਆਊਟ ਸਾਡੀ ਇਨਫੋਰਮੇਸ਼ਨ ਤੋਂ ਸਵਾਏ ਕਿਸੇ ਥਰੂ ਕਰਕੇ ਲੋਨ ਕਰ ਲਿਆ, ਪਰ ਉਹਨਾਂ ਨੂੰ ਚਿੱਠੀਆਂ ਆ ਗਈਆਂ ਵੀ ਤੁਸੀਂ ਕੁਆਲੀਫਾਈ ਨਹੀਂ ਕਰਦੇ, ਸਾਡਾ ਹੁਣ ਸਾਰੇ ਦਾ ਸਾਰਾ ਈਵਨ 10,000 ਨਹੀਂ ਰੱਖਣਾ, ਸਾਰੇ ਦਾ ਸਾਰਾ ਰਿਟਰਨ ਕਰੋ ਮਨੀ। ਤਾਂ ਮਤਲਬ ਕਿ ਉਹਦੇ 'ਚ ਸੀਗਾ ਕਿ ਤੁਸੀਂ 40,000 ਦੇ ਤੁਹਾਡੇ ਅਗਰ ਡਿਫਰੇਬਲ ਐਕਸਪੈਂਸ ਸੀਗੇ, ਸੋਰੀ ਨੋਨ ਡਿਫਰੇਬਲ ਜਿਹੜੇ ਡਿਫਰ ਨਹੀਂ ਹੋ ਸਕਦੇ ਸੀ, ਤਾਂ ਤੁਸੀਂ ਜਿਹੜਾ ਹੈਗਾ ਉਹ 20,000 ਰੱਖ ਸਕਦੇ ਹੋ। ਤਾਂ ਉਹਦੀ ਜਿਹੜੀ ਲਿਮਿਟ ਹੈਗੀ ਆ ਹੁਣ 60,000 ਰਿਟਰਨ ਕਰਨ ਦੀ, ਪਹਿਲਾਂ ਜਿਹੜੀ ਲਿਮਿਟ ਸੀਗੀ ਐਂਡ ਸੀਗੀ ਰਿਟਰਨ ਕਰਨ ਦੀ, ਉਹ 31st December ਇਸ ਸਾਲ ਸੀਗੀ 2023 ਦੇ ਵਿੱਚ ਰਿਟਰਨ ਕਰਨਾ ਸੀ, ਤੇ ਕਾਫੀ ਪ੍ਰੈਸ਼ਰ ਪਿਆ ਸਰਕਾਰ ਨੂੰ, ਪਰ ਮੇਰਾ ਖਿਆਲ ਸਰਕਾਰ ਜਿਹੜਾ ਹੈ ਹੁਣ ਵਧਾ ਨਹੀਂ ਰਹੀ, ਨਾ ਇਹਨਾਂ ਦਾ ਕੋਈ ਮੂਡ ਹੈਗਾ, ਕਿਉਂਕਿ ਆਲਰੇਡੀ ਇਹਨਾਂ ਨੇ ਥੋੜੇ ਦਿਨ ਵਧਾਏ ਨੇ ਉਹਦੇ 'ਚ 31st December। ਦੁਬਾਰਾ ਮੈਂ ਯਾਰ ਆਪਣੇ ਸਰੋਤਿਆਂ ਨੂੰ ਇਨਫੋਰਮੇਸ਼ਨ ਦੇ ਦਿੰਦਾ, ਥੋੜਾ ਜਿਹਾ ਧਿਆਨ ਨਾਲ ਸੁਣਨਾ, ਈਅਰ ਵਧਾ ਦਿੱਤਾ ਗਿਆ ਪਰ ਈਅਰ ਦੇ ਸਿਰਫ 16 ਦਿਨ ਵਧਾਏ ਨੇ, ਮੀਨਸ ਤੁਸੀਂ 16 ਜਨਵਰੀ 2024 ਤੋਂ ਪਹਿਲਾਂ ਸਾਲ 2024 ਹੈ। ਕਈ ਵਾਰ ਕੀ ਹੁੰਦਾ ਕਿ ਆਪਾਂ ਕਹਿ ਦਿੰਦੇ ਹਾਂ ਜੀ ਹਾਂਜੀ ਵਧਾ ਦਿੱਤਾ ਜੀ, ਕਿੰਨਾ ਵਧਾ ਦਿੱਤਾ 2024, ਪਰ ਡੇਟ ਐਂਡ ਮੰਥ ਦੱਸਣਾ ਯਾਦ ਨਹੀਂ ਰੱਖਦੇ। 16 ਜਨਵਰੀ ਸਿਰਫ 2024 ਤੱਕ 16 ਦਿਨ ਵਧਾਏ ਨੇ, ਉਹ ਇਸ ਕਰਕੇ ਹੈ ਕਿ ਅਗਰ 31 December ਤੱਕ ਛੁੱਟੀਆਂ ਨੇ ਜਾਂ ਵਿੱਚ ਕਿਸਮਤ ਛੁੱਟੀਆਂ ਆ ਜਾਂਦੀਆਂ, ਬੈਂਕਿੰਗ ਬੰਦ ਹੋ ਜਾਂਦੇ ਨੇ ਜਾਂ ਹੋਰ ਫਾਈਨੈਂਸ਼ੀਅਲ ਇੰਸਟੀਟਿਊਟ ਬੰਦ ਹੋ ਜਾਂਦੇ ਨੇ, ਤਾਂ 2 ਵੀਕ ਐਕਸਟੈਂਡ ਕੀਤੇ ਨੇ ਕਿ ਤੁਸੀਂ ਅਗਰ ਉਹ ਲੋਨ 40,000 ਤੁਸੀਂ ਉਹਨਾਂ ਨੂੰ ਜਿਹੜੇ ਵੀ ਬੈਂਕ ਥਰੂ ਹੈ, ਅਗਰ ਤੁਹਾਡਾ TD ਥਰੂ ਹੈ, RBC ਥਰੂ ਹੈ, CIBC ਥਰੂ ਹੈ, ਜਿਹੜੇ ਬੈਂਕ ਥਰੂ ਹੈ, ਤਾਂ ਤੁਸੀਂ ਉਹ 40,000 ਹੈਗਾ ਉਹ ਰਿਫੰਡ ਉਹ 16 ਜਨਵਰੀ ਤੋਂ ਪਹਿਲਾਂ ਉਹਨੂੰ ਰਿਟਰਨ ਕਰ ਦਿੰਦੇ ਹੋ, ਤਾਂ ਤੁਸੀਂ ਉਹ 20,000 ਜਿਹੜਾ ਹੈਗਾ ਤੁਸੀਂ ਰੱਖ ਸਕਦੇ ਹੋ, 40,000 ਹੀ ਤੁਸੀਂ ਮੋੜਨਾ। ਸਪੋਜ਼ ਜੇ ਤੁਸੀਂ ਨਹੀਂ ਰਿਟਰਨ ਕਰਦੇ 16 ਜਨਵਰੀ ਤੋਂ ਬਾਅਦ, ਫਿਰ ਤੁਹਾਨੂੰ 60,000 ਹੀ ਮੋੜਨਾ ਪੈਣਾ, ਡਜ਼ਨਟ ਮੈਟਰ ਤੁਹਾਡੇ ਕੋਲ ਪੇਰੋਲ ਸੀਗੀ ਜਾਂ ਡਿਫਰੈਂਸੀ ਜਾਂ ਨਹੀਂ ਸੀਗੀ, ਤਾਂ ਉਸ ਤੋਂ ਬਾਅਦ ਤੁਹਾਨੂੰ 60,000 ਹੀ ਮੋੜਨਾ ਪੈਣਾ। ਇੱਕ ਕੰਡੀਸ਼ਨ ਹੋਰ ਉਹਨਾਂ ਕੀਤੀ ਹੈ ਕਿ ਅਗਰ ਤੁਸੀਂ ਲੋਨ ਅਪਲਾਈ ਕਰਦੇ ਹੋ ਜਾਂ ਸਪੋਜ਼ ਕੋਲ ਜਿਹੜੇ ਵੀ ਇੰਸਟੀਚਿਊਟ ਕੋਲ ਲਿਆ ਉਹਦੇ ਕੋਲ ਲੈ ਸਕਦੇ ਹੋ, ਨਹੀਂ ਤਾਂ ਸੇਮ ਲੋਨ ਸਾਡਾ ਇੰਸ਼ੋਰੈਂਸ ਕੰਪਨੀ ਦੇ ਥਰੂ ਅਸੀਂ ਤੁਹਾਨੂੰ ਲੋਨ ਦਵਾ ਦਿੰਦੇ ਹਾਂ, ਤਾਂ ਤੁਸੀਂ ਉਹ ਲੋਨ ਅਗਰ ਅਪਲਾਈ ਕਰ ਦਿੰਦੇ ਹੋ, ਅਗਰ ਲੋਨ ਪ੍ਰੋਸੈਸਿੰਗ ਦਾ ਟਾਈਮ ਜਿਹੜਾ ਹੈਗਾ ਤੁਹਾਡਾ 2 ਮਹੀਨੇ ਲੱਗ ਜਾਂਦਾ, ਤਾਂ ਉਹਨਾਂ ਵਾਸਤੇ ਜਿਹੜੀ ਡੈਡਲਾਈਨ ਹੈਗੀ ਉਹ March 2024 ਹੈਗੀ ਹੈ, ਮੀਨਸ ਉਹਨਾਂ ਨੇ ਐਕਸਟੈਂਡ ਕਰ ਦਿੱਤਾ ਸੀਗਾ ਕਿ ਅਗਰ ਲੋਨ ਪ੍ਰੋਸੈਸਿੰਗ ਨੂੰ ਥੋੜ੍ਹਾ ਜਿਹਾ ਟਾਈਮ ਲੱਗਦਾ, ਤਾਂ ਤੁਸੀਂ March 2024 ਤੱਕ ਵੀ 40,000 ਰਿਟਰਨ ਕਰ ਸਕਦੇ ਹੋ, ਪਰ ਕੰਡੀਸ਼ਨ ਇਹ ਹੈ ਕਿ ਤੁਹਾਡਾ ਲੋਨ ਦੀ ਐਪਲੀਕੇਸ਼ਨ ਪ੍ਰੋਸੈਸ ਵਿੱਚ ਹੋਣੀ ਚਾਹੀਦੀ ਹੈ ਔਰ ਪਰੂਫ ਆਫ ਐਪਲੀਕੇਸ਼ਨ ਹੋਣਾ ਚਾਹੀਦਾ, ਤਾਂ ਤੁਸੀਂ ਉਹ 40,000 ਫਿਰ ਰਿਟਰਨ ਕਰ ਸਕਦੇ ਹੈਗੇ ਹੋ। ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਮੈਂ ਦੇ ਦਿੰਦਾ ਜਾਂਦੇ ਜਾਂਦੇ ਕਿ ਜਿਵੇਂ ਹੁਣ ਸਪੋਜ਼ ਕਰੋ ਅਗਰ ਮੈਂ 60,000 ਰਿਟਰਨ ਕਰਨਾ, ਤਾਂ ਮੇਰੇ ਕੋਲ ਮਤਲਬ ਕਿ ਅਗਰ ਮੈਂ ਡੇਟ ਡੈਡਲਾਈਨ ਪਾਸ ਕਰ ਲੈਣਾ
ਤਾਂ ਮੈਨੂੰ 60 ਹੀ ਕਰਨਾ ਪੈਣਾ ਤੇ ਜੇ ਆਪਾਂ ਲੋਨ ਲੈ ਲੈਂਦੇ ਆ ਤਾਂ ਰੇਟ ਤਾਂ ਉਹੀ ਮਿਲੇਗਾ ਜੋ ਬੈਂਕ ਵਾਲਾ ਤੁਹਾਡਾ ਪ੍ਰਾਈਮ ਪਲੱਸ ਅੱਧਾ ਪ੍ਰਾਈਮ ਪਲੱਸ ਇੱਕ ਰੇਟ ਹੋਏਗਾ ਤਾਂ ਉਹਦੇ ਨਾਲ ਇਹ ਤੁਹਾਨੂੰ ਫਾਇਦਾ ਹੋਏਗਾ ਕਿਉਂਕਿ ਤੁਸੀਂ ਓਨਲੀ 20,000 ਰੱਖ ਸਕਦੇ ਹੋ ਜੇ ਤੁਸੀਂ ਲੋਨ ਲਿਆ ਇੰਟਰਸਟ ਲਿਆ ਹੈਗਾ ਤੇ ਉਹ ਇੰਟਰਸਟ ਦੀ ਜਿਹੜੀ ਪੇਮੈਂਟਸ ਹੈਗੀ ਤੁਸੀਂ ਪੇ ਕਰਦੇ ਰਹੋ ਜਾਂ ਉਹਦੇ ਚ ਅਮਾਊਂਟ ਪੇ ਕਰਦੇ ਰਹੋ ਪਰ ਉਹ ਚ ਕੰਡੀਸ਼ਨ ਕੋਈ ਨੀ ਤੁਸੀਂ ਉਹ ਲੋਨ 2 ਸਾਲ ਚ ਮੋੜਨਾ 2 ਚ 3 ਚ ਜਾਂ 4 ਚ ਵੀ ਮੋੜ ਸਕਦੇ ਹੋ ਜੇ ਪਰਸਨਲ ਲੈਂਦੇ ਹੋ ਤਾਂ ਜੇ ਆਪਾਂ ਬੈਂਕ ਥਰੂ ਲੋਨ ਲੈਂਦੇ ਹਾਂ ਤਾਂ ਬੈਂਕ ਨੇ ਤੁਹਾਡੀਆਂ ਅਗਲੇ 3 ਸਾਲ ਦੀਆਂ ਕਿਸ਼ਤਾਂ ਤਿਆਰ ਕਰ ਦੇਣੀਆਂ ਜੇ ਆਪਾਂ 36 ਮੰਥ ਵਿੱਚ ਹੀ ਉਸ ਸਾਰਾ ਸਾਰਾ ਲੋਨ ਮੋੜਨਾ ਵਿਦ ਇੰਟਰਸਟ ਦੇ ਨਾਲ ਤਾਂ ਇਸ ਕਰਕੇ ਇਹ ਡੇਟਾ ਨੇ ਪਰ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਕਿ ਸਿਰਫ 2 ਵੀਕਾਂ ਵਧਾਈਆਂ ਨੇ ਉਹ ਵੀ ਡਿਊ ਟੂ ਹੋਲੀਡੇਜ਼ ਕਰਕੇ ਕਿ ਵੀ ਉਹ ਲੋਨ ਦੇ ਤੁਹਾਡੇ ਕੋਲ ਰਿਟਰਨ ਕਰਨ ਦਾ ਟਾਈਮ ਹੋ ਜਾਵੇ ਅਗਰ ਤੁਸੀਂ ਲੋਨ ਐਪਲੀਕੇਸ਼ਨ ਅਪਲਾਈ ਕੀਤੀ ਹੋਈ ਹੈ ਫਿਰ ਤੁਸੀਂ ਮਾਰਚ ਤੱਕ ਕਰ ਸਕਦੇ ਪਰ ਉਹਨਾਂ ਨੂੰ ਐਵੀਡੈਂਸ ਚਾਹੀਦਾ ਹੁੰਦਾ ਕਿ ਯੈਸ ਤੁਸੀਂ ਅਪਲਾਈ ਕੀਤੀ ਹੋਈ ਹੈ ਤਾਂ ਤੁਸੀਂ 40,000 ਮੁੜਨਾ ਜਾਂ 60,000 ਤੁਸੀਂ ਮੋੜ ਸਕਦੇ ਹੋ ਹਾਂਜੀ ਜਿੰਦਰ ਜੀ ਠੀਕ ਹੈ ਜੀ ਨਹੀਂ ਨਹੀਂ ਬਹੁਤ ਅੱਛੀ ਗੱਲ ਹੈ ਜੀ ਔਰ ਮੇਰੇ ਖਿਆਲ ਜਿਹੜੇ ਵੀ ਲੋਕਾਂ ਨੇ ਇਹ ਫੈਸਲਾ ਹਜੇ ਨਹੀਂ ਲਿਆ ਬਹੁਤੇ ਲੋਕ ਲੈ ਵੀ ਚੁੱਕੇ ਹੋਣਗੇ ਕਈ ਮੋੜ ਚੁੱਕੇ ਨੇ ਕਈ ਮੋੜਨ ਦੀ ਹਾਲਤ ਵਿੱਚ ਨਹੀਂ ਨੇ ਉਹਨਾਂ ਸਾਰਿਆਂ ਲਈ ਇਹ ਸੁਨੇਹਾ ਕਿ ਜੇ ਤੁਸੀਂ ਇਹਨਾਂ ਨਾਲ ਸਿਰਫ ਇੱਕ ਫੋਨ ਕਾਲ 'ਤੇ ਗਲਤ ਕਰ ਲਓ ਤੁਹਾਨੂੰ ਕੋਈ ਨਾ ਕੋਈ ਰਾਹ ਤੁਹਾਡੀ ਲੋੜ ਮੁਤਾਬਕ ਤੁਹਾਡੀ ਸਿਚੁਏਸ਼ਨ ਮੁਤਾਬਕ ਦੇਣਗੇ ਕਮਲਜੀਤ ਹੋਰੀ ਔਰ ਕਮਲਜੀਤ ਦਾ ਨੰਬਰ 416-456-8559 416-456-8559 ਕਮਲਜੀਤ ਜੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਅਤੇ ਆਪਾਂ ਆਰ ਈ ਐੱਸ ਪੀ ਦੀ ਗੱਲ ਹੁਣ ਅਗਲੇ ਹਫ਼ਤੇ ਜ਼ਰੂਰ ਕਰਾਂਗੇ ਠੀਕ ਹੈ ਠੀਕ ਹੈ ਬਸ ਇੱਕ ਗੱਲ ਜਾਂਦੇ ਕਿ ਆਰ ਈ ਐੱਸ ਪੀ ਜਿਹੜੀ ਡੈਡਲਾਈਨ ਹੈ $500 ਗ੍ਰਾਂਟ ਲੈਣ ਦੀ ਉਹ ਇਸ ਸਾਲ ਦਾ 31 ਦਸੰਬਰ ਹੈ ਅਗਲੇ ਵੀਕ ਆਪਾਂ ਪੂਰੀ ਡਿਟੇਲ ਦੱਸ ਦਿਆਂਗੇ ਜੀ ਠੀਕ ਹੈ ਥੈਂਕ ਯੂ ਸੋ ਮਚ